हाँ जी, सत श्रीकाल जी, नमस्ते, दुआ सलाम सारिया नू। कोई डिश बना रहे? मम्मी जी तुसी की बना रहे हो? अज असी बच्चों की फरमायश से सवेरे सवेरे हाँ जी। कणक के आटे विच कुछ सब्जियां मिक्स करके अच्छा जी, परौंठे बनाने जा रहे हैं, देसी घ्यो वाले। ओके जी, ओके ओके ते ओके। ओदे विच असी पाया होया पालक, फूल गोभी दे कुछ पीस, एक मूली, एक गाजर, हरिया मिर्चा, अद्धा प्याज, अजवाइन, नमक ते हल्दी। हल्दी टर्मिक होंदी है जो कि अपने काफी मतलब दर्दां नूं किसे तरह एंटीसेप्टिक होंदे, सब नूं चीजां नूं आराम करदे, इंटरनल बॉडी नूं आपे नूं ते निखार भी लिया, तुहानूं पता ही है। ते खाने विच इस नूं जरूर पाउणा चाहीदा। सब्जियां च तां आपां पाउंदे पाउंदे, लेकिन इक ना पाटे दे विच बनाओगे तो बहुत अलग टेस्ट आता है और क्रिस्पी परौंठे बनते हैं इहदे बहुत ज्यादा। वाह जी जे वाह, तुसीं बना के खाओगे तुसीं फिर आंटी नूं याद करोगे। मम्मी जी ने गुड इन्फॉर्मेशन देती, नाल नाल नहीं, बढ़िया बढ़िया। हुण असीं परौंठा पाउण जा रहे हैं तवे ते, तवा साडा गर्म हो चुका है जी। अच्छा जी, आम परौंठे नाल मतलब किन्नी कु इस नूं हल्की आंच ते पकाना, भी टुटे ना या फटे ना परौंठा कभी? ये बिल्कुल नहीं फटेगा जी, ये मेरी गारंटी है। अच्छा जी, आ तुसी देख सकते हो, असी हल्का जिहा इहनूं देसी घिओ तवे ते ला दित्ता है ठीक है तां जी, कि जिहड़ा साडा परौंठा थल्ले चिपके ना। ओके। ते हुण असी ये परौंठे दे उत्ते पाउण जा रहे हैं। वाह जी वाह। और गैस जी किन्नी रखनी है? फुल, गैस पहले तो असीं फुल रखोंगे, जो एक साइड हो जाएगा फिर असीं मीडियम रखोंगे। ठीक है जी। हाँ जी, हुण साडा जिहड़ा परौंठे दा इक हिस्सा आ ਉਹ ਇੱਕ ਸਾਈਡ ਬਣ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ ਓਕੇ ਜੀ, ਇੱਕ ਕਿੰਨਾ ਸਾਈਡ ਪਿਆਰਾ ਬਣ ਲੱਗ ਚੁੱਕੀ ਰਿਹਾ। ਹੈ, ਠੀਕ ਹਾਂਜੀ, ਹੈ ਜੀ। ਅਸੀਂ ਉਦੋਂ ਤੱਕ ਇੰਤਜ਼ਾਰ ਕਰੂੰਗੇ ਜਦ ਸਾਡਾ ਦੂਸਰਾ ਪਰੌਂਠਾ, ਦੂਸਰਾ ਹਿੱਸਾ ਥੋੜਾ ਜਿਹਾ ਪੱਕ ਜਾਊਗਾ। ਅਸੀਂ ਫਿਰ ਇਹਦੇ ਤੇ ਦੇਸੀ ਘਿਓ ਲਗਾਵਾਂਗੇ। ਠੀਕ ਹੈ ਜੀ, ਦੇਸੀ ਘਿਓ ਬੱਚਿਆਂ ਨੂੰ ਖਾਣਾ ਚਾਹੀਦਾ, ਤਾਕਤਵਰ ਹੁੰਦਾ, ਲੇਕਿਨ ਡਾਕਟਰ ਬੰਦ ਕਰਦੇ, ਰਿਫਾਇੰਡ ਨਹੀਂ ਸਾਨੂੰ ਖਾਣਾ ਚਾਹੀਦਾ। ਜਾਂ ਤਾਂ ਓਕੇ, ਤੁਸੀਂ ਇਹਨੂੰ ਸਰੋਂ ਦਾ ਤੇਲ ਪਕਾ ਕੇ ਉਹਦੇ ਉਹਦੇ ਪਰੌਂਠੇ ਬਣਾਓ, ਨਹੀਂ ਦੇਸੀ ਘਿਓ ਦੇ ਪਰੌਂਠੇ ਖਿਲਾਓ ਬੱਚਿਆਂ ਨੂੰ। ਰਿਫਾਇੰਡ ਤਾਂ ਬਿਲਕੁਲ ਨਾ ਖਿਲਾਓ ਜੀ, ਰਿਫਾਇੰਡ ਸਿਹਤ ਲਈ ਹਾਨੀਕਾਰਕ ਹੈ ਜੀ। ਸੋਏ ਕੋਸ਼ਿਸ਼ ਕਰੋ ਘੱਟ ਤੋਂ ਘੱਟ ਰਿਫਾਇੰਡ ਵਰਤ ਕੇ ਆਪਾਂ ਦੇਸੀ ਘਿਓ ਤੇ ਸਰੋਂ ਦੇ ਤੇਲ ਦੇ ਬਣਾਏ ਜਾਣ। ਵੀਡੀਓ ਨੂੰ ਦੇਖ ਰਹੇ ਵਿਊਰਸ, ਇਹ ਗੱਲ ਨੋਟ ਕਰਨ ਜੀ। ਹੁਣ ਅਸੀਂ ਇਹ ਦੇਸੀ ਘਿਓ ਲਗਾ ਰਹੇ ਹਾਂ ਉੱਪਰ, ਨਾਲ ਹੀ ਨਾਲ ਤੁਹਾਨੂੰ ਦੂਸਰਾ ਪਾਸਾ ਦਿਖਾਉਂਗੇ ਅਸੀਂ। ਦੇਖੋ ਬਿਲਕੁਲ ਪੱਕ ਕੇ ਤਿਆਰ ਹੋ ਚੁੱਕਾ, ਦੇਖੋ। ਵਾਹ ਜੀ ਵਾਹ, ਕਿਆ ਬਾਤਾਂ ਜੀ, ਕਿਆ ਬਾਤਾਂ। ਇਸ ਟਾਈਮ ਗੈਸ ਅਸੀਂ ਮੀਡੀਅਮ ਕਰਕੇ ਆ ਤਾਂ ਕਿ ਕ੍ਰਿਸਪੀ ਬਣੇ। ਓਕੇ, ਆ ਦੇਖੋ ਜੀ, ਹੁਣ ਤੁਸੀਂ ਬਣਨਾ ਸ਼ੁਰੂ ਹੋ ਗਿਆ ਆਪਣਾ ਪਰੌਂਠਾ। ਦੂਸਰੀ ਸਾਈਡ ਅਸੀਂ ਇਲਾਇਚੀਆਂ ਵਾਲੀ, ਲੌਂਗ ਇਲਾਇਚੀਆਂ ਵਾਲੀ ਅਸੀਂ ਚਾਹ ਤਿਆਰ ਕੀਤੀ ਹੈ, ਸਿਹਤ ਦਾ ਨਾਂ ਧਾਰ। ਵਾਹ ਜੀ ਵਾਹ, ਸਾਈਡ ਬਾਈ ਸਾਈਡ ਦੇਖੋ ਜੀ, ਚਾਹ ਲੌਂਗ ਇਲਾਇਚੀਆਂ ਵਾਲੀ ਇਹ ਪਏਗੀ ਜੀ, ਗਰਮਾ ਗਰਮ ਚਾਹ ਜੀ ਨਾਲ ਪਰੌਂਠੇ। ਸਾਡਾ ਤਾਂ ਜੀ ਇੰਨਾ ਦਿਲ ਕਰ ਰਿਹਾ ਕਿ ਜੋ ਸਾਡੇ ਵਿਊਰਸ ਨੇ ਇਸ ਨੂੰ ਦੇਖ ਰਹੇ ਹੈ, ਸਬਸਕ੍ਰਾਈਬਰਸ ਨੇ, ਕਿ ਹੁਣੇ ਤਾਜ਼ਾ ਤਾਜ਼ਾ ਪਲੇਟ 'ਚ ਪਾ ਕੇ ਉਹਨਾਂ ਨੂੰ ਗਰਮਾ ਗਰਮ ਚਾਹ ਦੇ ਨਾਲ ਦੇ ਦਈਏ। ਕਾਸ਼ ਕੋਈ ਐਸੀ ਟੈਕਨੋਲੋਜੀ ਹੁੰਦੀ ਕਿ ਇਸ ਤਰ੍ਹਾਂ ਅਸੀਂ ਟ੍ਰਾਂਸਫਰ ਅਸੀਂ ਟ੍ਰਾਂਸਫਰ ਕਰ ਸਕਦੇ ਆਪ ਸਭ ਨੂੰ ਇਸ ਤਰ੍ਹਾਂ, ਕਾਸ਼ ਐਵੇਂ ਹੋ ਸਕਦਾ। ਮੱਖਣ ਲੈ ਸਕਦੇ ਹੋ, ਅੱਛਾ ਜੀ, ਕੀ ਕਹਿੰਦੇ ਤੁਸੀਂ? ਮਲਾਈ ਲੈ ਸਕਦੇ ਹੋ, ਹਾਂਜੀ, ਮੱਖਣ ਘਰ ਦੀ ਮਲਾਈ ਕੱਢ ਕੇ 1 ਮਿੰਟ ਲਾ ਦਾ ਮੱਖਣ ਕੱਢਣ ਨੂੰ, ਓਕੇ ਜੀ, ਉਹਦੇ ਨਾਲ ਤੁਸੀਂ ਲੈ ਸਕਦੇ ਹੋ। ਮੱਖਣ ਹੈ ਜੀ, ਮਲਾਈ ਕੁਛ ਵੀ ਨਾਲ ਲੈ ਸਕਦੇ ਹੋ। ਸੋ ਟੇਸਟ ਕਰਕੇ ਦੇਖ ਲਈਏ ਥੋੜਾ ਜਿਹਾ ਅਸੀਂ। ਜ਼ਰੂਰ, ਓਹੋ, ਗਰਮਾ ਗਰਮਾ ਜੀ, ਚਲੋ ਕੋਈ ਨਹੀਂ, ਥੋੜਾ ਜਿਹਾ ਦੇਖ ਲੈਂਦੇ ਜੀ ਸਾਈਡ ਬਾਈ ਸਾਈਡ। ਵਾਹ ਜੀ ਵਾਹ, ਕਿਆ ਬਾਤ ਹੈ ਮੰਮੀ ਜੀ, ਕਿਆ ਬਾਤ ਨਾ, ਕਿਆ ਬਾਤ ਨਾ, ਯੰਮੀ ਬਣਿਆ, ਯੰਮੀ ਬਹੁਤ ਘੈਂਟ ਜੀ, ਟੇਸਟੀ ਯੰਮੀ ਬਣਿਆ ਜੀ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕਸ ਸਭ ਤੋਂ ਪਹਿਲਾਂ ਰੱਬ ਜੀ ਦਾ, ਵਾਹਿਗੁਰੂ ਜੀ ਦਾ, ਅਤੇ ਉਸ ਤੋਂ ਬਾਅਦ ਮੰਮੀ ਜੀ ਉਹਨਾਂ ਦਾ, ਜਿਹਨਾਂ ਨੇ ਇੰਨਾ ਸੋਹਣਾ ਪਰੌਂਠਾ ਤਿਆਰ ਕਰਕੇ ਦਿੱਤਾ, ਠੀਕ ਹੈ ਜੀ। ਸੋ ਮੇਰੀ ਇਹੀ ਦੁਆ ਹੈ ਕਿ ਜਿੰਨੇ ਵੀ ਲੋਕ ਵੀਡੀਓ ਦੇਖ ਰਹੇ ਹੈ ਸਾਰੀ ਦੁਨੀਆਂ 'ਚ, ਸਾਰਿਆਂ ਦੇ ਘਰੇ ਖੁਸ਼ੀਆਂ ਆਉਣ, ਬਰਕਤਾਂ ਆਉਣ, ਬਣਾ ਕੇ ਖਾਓਗੇ ਤੇ ਬਾਰ ਬਾਰ ਖਾਓਗੇ। ਹਾਂਜੀ, ਸਹੀ ਕਿਹਾ ਜੀ, ਫੈਮਲੀਆਂ ਖੁਸ਼ ਰਹਿਣ, ਮਾਂ ਬਾਪ ਦੀ ਸਿਹਤ ਅੱਛੀ ਰਹੇ, ਭੈਣ ਭਰਾਵਾਂ 'ਚ ਪਿਆਰ ਬਣਿਆ ਰਹੇ। ਸੋ ਮਿਲਦੇ ਹਾਂ ਜੀ ਜਲਦੀ ਕਿਸੇ ਨੈਕਸਟ ਵੀਡੀਓ 'ਚ, ਟਿਲ ਦੇਣ ਲਈ ਰੱਬ ਰਾਖਾ ਜੀ, ਤੁਹਾਡਾ ਆਪਣਾ ਵੀਰ ਐਸ ਪੀ ਸਿੰਘ।